ਚੱਪੜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਗ੍ਰਾਮ ਪੰਚਾਇਤ ਅਤੇ ਸਕੂਲ ਸਟਾਫ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਕੂਲੀ ਬੱਚਿਆਂ ਨੇ ਅਤੇ ਹੋਰ ਥਾਵਾਂ ਤੋਂ ਆਏ ਬੱਚਿਆਂ ਨੇ ਸਮਾਜਿਕ ਬੁਰਾਈਆਂ ਦੇ ਖਿਲਾਫ਼ ਨਾਟਕ ਖੇਡੇ, ਜਿਨ੍ਹਾਂ ਵਿੱਚ ਭਰੂਣ ਹੱਤਿਆ ਅਤੇ ਦਰਖਤ ਨਾ ਕੱਟੇ ਜਾਣ, ਮੋਬਾਈਲ ਤੋਂ ਬੱਚਿਆਂ ਨੂੰ ਦੂਰ ਰੱਖਣਾ ਅਤੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤਾਂ ਨੂੰ ਵੀ ਗਾਇਆ। ਹਜ਼ਾਰਾਂ ਦੀ ਗਿਣਤੀ ਵਿੱਚ ਆਏ ਲੋਕਾਂ ਦੀ ਵਾਹ ਵਾਹ ਖੱਟੀ। ਇਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਸਾਰੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਵੇਲੇ ਸਕੂਲ ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਸਿੱਧੂ ਨੇ ਸਕੂਲ ਵਿੱਚ ਹੋਏ ਸਮਾਗਮ ਬਾਰੇ ਦੱਸਿਆ ਅਤੇ ਸੰਸਥਾ ਦੇ ਪ੍ਰਧਾਨ ਸਤਪਾਲ ਸਿੰਘ ਬੈਰਾਗੀ ਦਾ ਵੀ ਧੰਨਵਾਦ ਕੀਤਾ ਅਤੇ ਬੈਰਾਗੀ ਸਾਹਿਬ ਨੇ ਖੁਦ ਵੀ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਮੈਂ ਅਮਨਦੀਪ ਕੌਰ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਪੜ ਤੋਂ ਬੋਲ ਰਹੀ ਹਾਂ। ਅੱਜ ਅਸੀਂ ਸਾਡੇ ਸਕੂਲ ਦੇ ਵਿੱਚ 15 ਅਗਸਤ ਮਨਾਇਆ ਔਰ ਜਿਸ ਦੇ ਤਹਿਤ ਬੱਚਿਆਂ ਨੇ ਪ੍ਰੋਗਰਾਮ ਪੇਸ਼ ਕੀਤੇ ਔਰ ਸਾਡੇ ਕੋਲ ਇੱਥੇ ਕ੍ਰੀਏਟਿਵ ਆਰਟਸ ਤੋਂ ਵੀ ਬੱਚੇ ਆਏ ਸੀ ਪੰਜਾਬੀ ਯੂਨੀਵਰਸਿਟੀ ਤੋਂ, ਜਿਨ੍ਹਾਂ ਨੇ ਪਾਣੀ ਬਚਾਓ, ਮੋਬਾਈਲ ਤੋਂ ਬੱਚਿਆਂ ਨੂੰ ਬਚਾਓ ਅਤੇ ਦਰੱਖਤਾਂ ਨੂੰ ਨਾ ਕੱਟਣ ਦਾ ਸੁਨੇਹਾ ਦਿੱਤਾ। ਅਤੇ ਇਹ ਪ੍ਰੋਗਰਾਮ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਪਟਿਆਲਾ ਵੱਲੋਂ ਸਤਪਾਲ ਬੈਰਾਗੀ ਜੀ, ਜ਼ਿਲ੍ਹਾ ਪ੍ਰਧਾਨ ਅਤੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਮੰਨਣ ਨੇ ਜਿਹੜੇ ਪਾਰਟੀਸਪੈਂਟ ਬੱਚੇ ਸੀ ਉਹਨਾਂ ਨੂੰ ਸਨਮਾਨਿਤ ਕੀਤਾ। ਇੱਥੇ ਇਹ ਵੀ ਦੱਸਣ ਦੀ ਗੱਲ ਦੱਸਣਯੋਗ ਹੈ ਕਿ ਸਾਡੇ ਇੱਥੋਂ ਹੀ ਪਿੰਡ ਦੇ ਪੰਡਿਤ ਸ਼੍ਰੀ ਸੋਮ ਪ੍ਰਕਾਸ਼ ਦੀਕਸ਼ਿਤ ਜੀ, ਉਹਨਾਂ ਨੇ ਵੀ ਸਕੂਲ ਨੂੰ 5000 ਰੁਪਇਆ ਬੱਚਿਆਂ ਦੀ ਭਲਾਈ ਲਈ ਖਰਚਣ ਲਈ ਦਿੱਤੇ ਅਤੇ ਇਹ ਸਾਰਾ ਫੰਕਸ਼ਨ ਅਸੀਂ ਸਾਡੇ ਸਕੂਲ ਦੇ ਸਟਾਫ ਮੈਂਬਰ ਸਾਹਿਬਾਨ, ਸਾਡੀ SMC ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਪੜ ਅਤੇ ਸਾਡੀ ਪੰਚਾਇਤ, ਗ੍ਰਾਮ ਪੰਚਾਇਤ ਸਰਕਾਰੀ ਚੱਪੜ ਸਕੂਲ ਪਿੰਡ ਦੀ ਨੇ ਰਲ ਕੇ ਇਹ ਪ੍ਰੋਗਰਾਮ ਕੀਤਾ, ਜਿਹੜਾ ਕਿ ਬਹੁਤ ਵਧੀਆ ਸਕਸੈਸ ਸੀ। ਪ੍ਰਧਾਨ, ਤੁਸੀਂ ਸਕੂਲ ਆਏ ਹੋ ਇੱਥੇ ਚੱਪੜ, ਕਿਸ ਮਕਸਦ ਲਈ ਆਏ ਹੋ? ਇੱਥੇ ਜੀ 15 ਅਗਸਤ ਦਾ ਜੋ ਪ੍ਰੋਗਰਾਮ ਸੀ ਬੱਚਿਆਂ ਦਾ, ਬੱਚਿਆਂ ਨੇ ਨਾਟਕ ਖੇਡੇ, ਭਰੂਣ ਹੱਤਿਆ ਬਾਰੇ, ਨਸ਼ਿਆਂ ਬਾਰੇ, ਜੋ ਰੁੱਖ ਕੱਟੇ ਜਾਂਦੇ ਨੇ ਉਹਨਾਂ ਬਾਰੇ ਨਾਟਕ ਖੇਡੇ ਬੱਚਿਆਂ ਨੇ। ਅਸੀਂ ਸਾਰੇ ਬੱਚਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਸਨਮਾਨਿਤ ਕੀਤਾ, ਸਨਮਾਨ ਚਿੰਨ੍ਹ ਦੇ ਕੇ ਮੈਂ ਸਤਪਾਲ ਸਿੰਘ ਬਰਾਗੀ ਜ਼ਿਲ੍ਹਾ ਪ੍ਰਧਾਨ ਅਤੇ ਮੇਰੇ ਨਾਲ ਗੁਰਪ੍ਰੀਤ ਸਿੰਘ ਜੀ ਮੰਨਣ, ਉਹ ਮੀਤ ਪ੍ਰਧਾਨ ਨੇ, ਅਸੀਂ ਸਾਰੇ ਬੱਚਿਆਂ ਦਾ ਇੱਥੇ ਸਨਮਾਨ ਕਰਨ ਆਏ ਹਾਂ। ਅਸੀਂ ਹਰ ਸਾਲ ਪਹਿਲਾਂ ਵੀ ਇੱਥੇ ਆਉਂਦੇ ਹਾਂ ਪਰ ਇਸ ਵਾਰੀ ਅਸੀਂ ਆਪਣੀ ਸੰਸਥਾ ਵੱਲੋਂ ਬੱਚਿਆਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਨੇ ਸਮਾਜ ਸੇਵਾ ਦੇ ਵਿੱਚ ਸਹਿਯੋਗ ਪਾਉਣ ਵਾਸਤੇ ਬਹੁਤ ਵਧੀਆ ਉਹਦੇ ਨਾਟਕ ਖੇਡੇ। ਧੰਨਵਾਦ।